ਕਿਉਂਕਿ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਜੁਆਇਨਿੰਗਸ ਹੋਈਆਂ ਨੇ ਹੋਰ ਕਿਹੜੇ-ਕਿਹੜੇ ਲੋਕ ਜਿਹੜੇ ਨੇ ਭਾਜਪਾ ਦੇ ਨਿਸ਼ਾਨੇ ਤੇ ਹੋ ਸਕਦੇ ਨੇ ਹਾਂ ਤੇ ਉਹਨਾਂ ਨੂੰ ਜਿਹੜੇ 117 ਚਿਹਰੇ ਆ ਉਹ ਸਿੱਖਾਂ ਦੇ ਚਾਹੀਦੇ ਹੈਗੇ ਆ ਉਹਨਾਂ ਦੀ ਖਾਸ ਗੱਲ ਐ ਇਸ ਵੇਲੇ ਕਿਉਂਕਿ ਕੱਲ ਤਾਂ ਸੁਖਦੇਵ ਸਿੰਘ ਢੀਂਡ ਸਾਹ ਆਪਣੇ ਦਿੱਲੀ ਵਾਲੀ ਕੋਠੇ ਵਿੱਚ ਸੀ ਜਿਹੜੀ ਉਹਨਾਂ ਦੀ ਰਾਜ ਸਭਾ ਦੀ ਮੈਂਬਰ ਕਰਕੇ ਮਿਲੀ ਹੋਈ ਆ ਉੱਥੇ ਬਹੁਤ ਜ਼ਿਆਦਾ ਸਰਗਰਮੀਆਂ ਰਹੀਆਂ ਕੱਲ ਸੋ ਅਗਲਾ ਨਿਸ਼ਾਨਾ ਕੇਜਰੀਵਾਲ ਆ ਅਕਾਲੀ ਦਲ ਨੂੰ ਵੀ ਹੋਰ ਝਟਕੇ ਮਿਲਣਗੇ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਵੱਡੇ ਝਟਕੇ ਦੇਣ ਲਈ ਕਿਉਂਕਿ ਆਮ ਆਦਮੀ ਪ ਹਾਂ ਕੇਂਦਰੀ ਕੈਬਨਟ ਹੋਗੇ ਸੀਨੀਅਰ ਮੰਤਰੀ ਹੋਣਗੇ ਆਪਣੇ ਹਲਕੇ ਲਈ ਘਟੋ ਘਟੋ ਹੋ ਇੱਕ ਚੰਗਾ ਕੰਮ ਕਰ ਸਕਦੇ ਆ ਖਬਰਾਂ ਨੇ ਵੀ ਭਾਰਤੀ ਜਨਤਾ ਪਾਰਟੀ ਭਗਵੰਤ ਮਾਨ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ ਔਰ ਉਹਨਾਂ ਨੂੰ ਕੇਂਦਰੀ ਕੈਬਨਟ ਵਿੱਚ ਵਜ਼ੀਰ ਬਣਨ ਦੀ ਪੇਸ਼ਕਸ਼ ਵੀ ਕਰ ਰਹੀ ਹੈ ਕਿ বিজেপি ਜਿਹੜੀ ਹੈ ਦੁਬਾਰਾ ਜਦੋਂ ਸਰਗਰਮ ਹੋਈ ਹੈ ਤੇ ਸਰਦਾਰ ਹਰਤਾ ਸਿੰਘ ਜੀ ਇਸ ਤੋਂ ਇਲਾਵਾ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਜੁਆਇਨਿੰਗਸ ਹੋਈਆਂ ਨੇ ਚਾਹੇ ਉਹ ਆਪਾਂ ਕਹਿ ਲਈਏ ਕਿ ਸਾਬਕਾ ਡੀਜੀਪੀ ਦੀ ਹੋਵੇ ਜਾਂ ਮੱਕੜ ਹੋਣਾ ਦੀ ਹੋਵੇ ਤੇ ਕੀ ਹੋਰ ਕਿਹੜੇ-ਕਿਹੜੇ ਲੋਕ ਜਿਹੜੇ ਨੇ বিজেপি ਦੇ ਨਿਸ਼ਾਨੇ ਤੇ ਹੋ ਸਕਦੇ ਨੇ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਹਾਂਜੀ ਹਾਂਜੀ বিজেপি ਕਾਫੀ ਸਰਗਰਮੀ ਨਾਲ ਖੇਡ ਖੇਡ ਰਹੀ ਹੈ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੁਝ ਜੁਆਇਨਿੰਗਸ ਅੱਜ ਹੋਈਆਂ ਨੇ ਤੇ ਉਹਨਾਂ ਨੂੰ ਜਿਹੜੇ 117 ਚਿਹਰੇ ਆ ਉਹ ਸਿੱਖਾਂ ਦੇ ਚਾਹੀਦੇ ਹੈਗੇ ਆ ਉਹਨਾਂ ਦੀ ਖਾਸ ਗੱਲ ਐ ਇਸ ਵੇਲੇ ਕਿਉਂਕਿ ਕੱਲ ਜੇ ਤੁਹਾਡੇ ਕੋਲ ਖਬਰਾਂ ਹੋਣ ਤਾਂ ਸੁਖਦੇਵ ਸਿੰਘ ਢੀਂਡਸਾ ਆਪਣੀ ਦਿੱਲੀ ਵਾਲੀ ਕੋਠੇ ਵਿੱਚ ਸੀ ਜਿਹੜੀ ਉਹਨਾਂ ਦੀ ਰਾਜ ਸਭਾ ਦੀ ਮੈਂਬਰ ਕਰਕੇ ਮਿਲੀ ਹੋਈ ਆ ਉੱਥੇ ਬਹੁਤ ਜ਼ਿਆਦਾ ਸਰਗਰਮੀਆਂ ਰਹੀਆਂ ਕੱਲ ਸੁਖਦੇਵ ਸਿੰਘ ਢੀਂਡਸਾ ਦੀ ਕੋਠੇ ਵਿੱਚ ਤੇ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦੇਣ ਤੋਂ ਬਾਅਦ ਸਾਡੇ ਕੋਲ ਖਬਰਾਂ ਨੇ ਵੀ ਭਾਰਤੀ ਜਨਤਾ ਪਾਰਟੀ ਭਗਵੰਤ ਮਾਨ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਚਾਹੁੰਦੀ ਆ ਔਰ ਉਹਨਾਂ ਨੂੰ ਕੇਂਦਰੀ ਕੈਬਨਿਟ ਵਿੱਚ ਵਜ਼ੀਰ ਬਣਨ ਦੀ ਪੇਸ਼ਕਸ਼ ਵੀ ਕਰ ਰਹੀ ਹੈਗੀ ਸੋ ਅਗਲਾ ਨਿਸ਼ਾਨਾ ਕੇਜਰੀਵਾਲ ਆ ਅਕਾਲੀ ਦਲ ਨੂੰ ਵੀ ਹੋਰ ਛਟਕੇ ਮਿਲਣਗੇ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਵੱਡੇ ਛਟਕੇ ਦੇਣ ਲਈ ਉਹਨਾਂ ਨੇ ਕਰ ਲਈ ਹੋਇਆ ਕਿਉਂਕਿ ਇੱਕੋ ਇੱਕ ਮੈਂਬਰ ਆਫ ਪਾਰਲੀਮੈਂਟ ਰਹਿ ਗਏ ਨੇ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਤੇਜ ਤਰਾਰ ਨੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਨੇ ਵੀ ਭਗਵੰਤ ਮਾਨ ਤੱਕ ਅਪਰੋਚ ਕਰੀ ਸੀ ਵੀ ਤੁਸੀਂ ਸਾਡੇ ਨਾਲ ਸ਼ਾਮਲ ਹੋ ਜਾਓ ਪਰ ਹੁਣ ਸਾਡੇ ਕੋਲ ਕਾਫੀ ਅੰਦਰੂਨੀ ਖਬਰਾਂ ਨੇ ਕਿ ਉਹਨਾਂ ਨੇ ਭਗਵੰਤ ਬਾਦਲ ਨਾਲ ਜਿਹੜਾ ਸੰਪਰਕ ਆ ਉਹ ਸਾਧ ਲਿਆ ਹੋਇਆ ਤੇ ਅਗਲੇ ਦਿਨਾਂ ਦੌਰਾਨ ਕੁਝ ਵੀ ਹੋ ਸਕਦਾ ਦੇਖੋ ਭਗਵੰਤ ਮਾਨ ਪਾਰਟੀ ਛੱਡਦੇ ਆ ਕਿਉਂਕਿ ਆਮ ਆਦਮੀ ਪਾਰਟੀ ਵਿੱਚ ਉਹਨਾਂ ਦਾ ਉਹ ਸਤਕਾਰ ਨਹੀਂ ਰਿਹਾ ਇੱਕ ਪਾਸੇ ਕੇਂਦਰੀ ਕੈਬਨਟ ਹੋਗੇ ਸੀਨੀਅਰ ਮੰਤਰੀ ਹੋਣਗੇ ਆਪਣੇ ਹਲਕੇ ਲਈ ਘਟੋ ਘਟ ਉਹ ਇੱਕ ਚੰਗਾ ਕੰਮ ਕਰ ਸਕਦੇ ਆ ਜੇ ਕੈਬਨਟ ਤੇ ਮੰਤਰੀ ਚਲੇ ਜਾਣ ਹੁਣ ਉਹਨਾਂ ਦੀ ਆਤਮਾ ਤੇ ਡਿਪੈਂਡ ਕਰਦਾ ਵੀ ਉਹ ਜਾਂਦੇ ਆ ਨਹੀਂ ਜਾਂਦੇ ਦੂਜਾ ਸੁਖਦੇਵ ਸਿੰਘ ਢੀਂਸਾ ਕਿਉਂਕਿ ਸੁਖਦੇਵ ਸਿੰਘ ਢੀਂਸਾ ਦੇ ਸੰਪਰਕ ਵਿੱਚ ਲਗਭਗ 20 ਇਹੋ ਜਿਹੇ ਸਿੱਖ ਚਿਹਰੇ ਹੈਗੇ ਆ ਜਿਨ੍ਹਾਂ ਨੂੰ ਐਮਐਲਏ ਦੇ ਤੌਰ ਤੇ ਪੇਸ਼ ਕੀਤਾ ਜਾ ਸਕਦਾ ਜਿਵੇਂ ਸੁਖਵੀਰ ਸਿੰਘ ਬਾਦਲ ਦੇ ਨੇੜੇ ਰਹੇ ਨਧਾਰਕ ਸਿੰਘ ਬਰਾੜ ਆ ਜਿਹੜੇ ਜਾਂ ਬਲਜੀਤ ਸਿੰਘ ਨੀਲਾ ਮਹਿਲ ਹੁੰਨੀ ਆ ਜਾਂ ਬੀਬੀ ਭਿੰਦਰ ਕੌਰ ਜੋਸ਼ ਆ ਸੋ ਇਸ ਤਰ੍ਹਾਂ ਦੇ ਜਿਹੜੇ ਚੰਗੇ ਚਿਹਰੇ ਆ ਕਿਉਂਕਿ ਭਾਜਪਾ ਕੋਲ ਚਿਹਰਿਆਂ ਦੀ ਘਾਟ ਆ ਕਿਉਂਕਿ 117 ਐਮਐਲਏ ਜਿਹੜੇ ਚੰਗੇ ਰਸੂਖ ਵਾਲੇ ਹੋਣ ਉਹ ਲੱਭਣ ਲਈ ਉਹਨਾਂ ਨੂੰ ਹਾਲੇ ਘਾਟ ਰਗ ਰਹੀ ਆ ਸੋ ਸੁਖਦੇਵ ਸਿੰਘ ਢੀਂਸਾ ਨਾਲ ਉਹਨਾਂ ਦੀ ਹੈ ਕੱਲ ਸੁਖਦੇਵ ਸਿੰਘ ਢੀਂਸਾ ਨੇ ਕੁਝ ਇੰਟਰ ਇੰਡਾਇਰੈਕਟਲੀ ਸਾਨੂੰ ਪਤਾ ਲੱਗਿਆ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਜਸਟ ਇਹੀ ਕਿਹਾ ਵੀ ਜਿਹੜੇ ਕਿਸਾਨਾਂ ਦੇ ਕੇਸ ਦਰਜ ਹੋਏ ਹੋਏ ਨੇ ਉਹ ਰੱਦ ਕੀਤੇ ਜਾਣ ਜਾਂ ਜਿਹੜੇ ਕਿਸਾਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਕੋਈ ਵਾਅਦਾ ਵਗੈਰਾ ਦਿੱਤਾ ਜਾਵੇ ਪਰ ਬਿਹਾਈਂਡ ਦੀ ਸੀਨ ਅਸਾਨੂੰ ਲੱਗ ਰਿਹਾ ਹੈ ਵੀ ਭਾਜਪਾ ਖਾਸ ਕਰਕੇ ਅਮਿਤ ਸ਼ਾਹ ਤੇ ਜੇਪੀ ਨੱਡਾ ਕਾਫੀ ਸਰਗਰਮ ਨੇ ਸੋ ਅਗਲੇ ਦਿਨਾਂ ਦੌਰਾਨ ਵੱਡੇ ਝਟਕੇ ਤੇ ਹੋਰ ਨਵੀਆਂ ਜੜੀਆਂ ਆਪਾਂ ਕਹਿ ਸਕਦੇ ਆ ਪਾਰਟੀ ਬਦਲਣ ਦੀਆਂ ਜਿਹੜੀਆਂ ਖਬਰਾਂ ਉਹ ਪੰਜਾਬ ਦੀ ਰਾਜਨੀਤੀ ਵਿੱਚ ਆ ਸਕਦੀ ਹੈ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਜੁਆਇਨਿੰਗਸ ਹੋਈਆਂ ਨੇ ਹੋਰ ਕਿਹੜੇ-ਕਿਹੜੇ ਲੋਕ ਜਿਹੜੇ ਨੇ ਭਾਜਪਾ ਦੇ ਨਿਸ਼ਾਨੇ ਤੇ ਹੋ ਸਕਦੇ ਨੇ ਹਾਂ ਤੇ ਉਹਨਾਂ ਨੂੰ ਜਿਹੜੇ 117 ਚਿਹਰੇ ਆ ਉਹ ਸਿੱਖਾਂ ਦੇ ਚਾਹੀਦੇ ਹੈਗੇ ਆ ਉਹਨਾਂ ਦੀ ਖਾਸ ਗੱਲ ਐ ਇਸ ਵੇਲੇ ਕਿਉਂਕਿ ਕੱਲ ਤਾਂ ਸੁਖਦੇਵ ਸਿੰਘ ਢੀਂਡ ਸਾਹ ਆਪਣੇ ਦਿੱਲੀ ਵਾਲੀ ਕੋਠੇ ਵਿੱਚ ਸੀ ਜਿਹੜੀ ਉਹਨਾਂ ਦੀ ਰਾਜ ਸਭਾ ਦੀ ਮੈਂਬਰ ਕਰਕੇ ਮਿਲੀ ਹੋਈ ਆ ਉੱਥੇ ਬਹੁਤ ਜ਼ਿਆਦਾ ਸਰਗਰਮੀਆਂ ਰਹੀਆਂ ਕੱਲ ਸੋ ਅਗਲਾ ਨਿਸ਼ਾਨਾ ਕੇਜਰੀਵਾਲ ਆ ਅਕਾਲੀ ਦਲ ਨੂੰ ਵੀ ਹੋਰ ਝਟਕੇ ਮਿਲਣਗੇ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਵੱਡੇ ਝਟਕੇ ਦੇਣ ਲਈ ਕਿਉਂਕਿ ਆਮ ਆਦਮੀ ਪ ਕੇਂਦਰੀ ਕੈਬਨਟ ਹੋਗੇ ਸੀਨੀਅਰ ਮੰਤਰੀ ਹੋਣਗੇ ਆਪਣੇ ਹਲਕੇ ਲਈ ਘਟੋ ਘਟੋ ਉਹ ਇੱਕ ਚੰਗਾ ਕੰਮ ਕਰ ਸਕਦੇ ਆ ਖਬਰਾਂ ਨੇ ਵੀ ਭਾਰਤੀ ਜਨਤਾ ਪਾਰਟੀ ਭਗਵੰਤ ਮਾਨ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ ਔਰ ਉਹਨਾਂ ਨੂੰ ਕੇਂਦਰੀ ਕੈਬਨਟ ਵਿੱਚ ਵਜ਼ੀਰ ਬਣਨ ਦੀ ਪੇਸ਼ਕਸ਼ ਵੀ ਕਰ ਰਹੀ ਹੈ ਕਿ বিজেপি ਜਿਹੜੀ ਹੈ ਦੁਬਾਰਾ ਜਦੋਂ ਸਰਗਰਮ ਹੋਈ ਹੈ ਤੇ ਸਰਦਾਰ ਅਰਪਤਾ ਸਿੰਘ ਜੀ ਇਸ ਤੋਂ ਇਲਾਵਾ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਜੁਆਇਨਿੰਗਸ ਹੋਈਆਂ ਨੇ ਚਾਹੇ ਉਹ ਆਪਾਂ ਕਹਿ ਲਈਏ ਕਿ ਸਾਬਕਾ ਡੀਜੀਪੀ ਦੀ ਹੋਵੇ ਜਾਂ ਮੱਕੜ ਹੋਣਾ ਦੀ ਹੋਵੇ ਤੇ ਕੀ ਹੋਰ ਕਿਹੜੇ-ਕਿਹੜੇ ਲੋਕ ਜਿਹੜੇ ਨੇ বিজেপি ਦੇ ਨਿਸ਼ਾਨੇ ਤੇ ਹੋ ਸਕਦੇ ਨੇ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਹਾਂਜੀ ਹਾਂਜੀ বিজেপি ਕਾਫੀ ਸਰਗਰਮੀ ਨਾਲ ਖੇਡ ਖੇਡ ਰਹੀ ਹੈ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੁਝ ਜੁਆਇਨਿੰਗਸ ਅੱਜ ਹੋਈਆਂ ਨੇ ਤੇ ਉਹਨਾਂ ਨੂੰ ਜਿਹੜੇ 117 ਚਿਹਰੇ ਆ ਉਹ ਸਿੱਖਾਂ ਦੇ ਚਾਹੀਦੇ ਹੈਗੇ ਆ ਉਹਨਾਂ ਦੀ ਖਾਸ ਗੱਲ ਹੈ ਇਸ ਵੇਲੇ ਕਿਉਂਕਿ ਕੱਲ ਜੇ ਤੁਹਾਡੇ ਕੋਲ ਖਬਰਾਂ ਹੋਣ ਤਾਂ ਸੁਖਦੇਵ ਸਿੰਘ ਢੀਂਡਸਾ ਆਪਣੇ ਦਿੱਲੀ ਵਾਲੀ ਕੋਠੇ ਵਿੱਚ ਸੀ ਜਿਹੜੀ ਉਹਨਾਂ ਦੀ ਰਾਜ ਸਭਾ ਦੀ ਮੈਂਬਰ ਕਰਕੇ ਮਿਲੀ ਹੋਈ ਹੈ ਉੱਥੇ ਬਹੁਤ ਜ਼ਿਆਦਾ ਸਰਗਰਮੀਆਂ ਰਹੀਆਂ ਕੱਲ ਸੁਖਦੇਵ ਸਿੰਘ ਢੀਂਡਸਾ ਦੀ ਕੋਠੇ ਵਿੱਚ ਤੇ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦੇਣ ਤੋਂ ਬਾਅਦ ਸਾਡੇ ਕੋਲ ਖਬਰਾਂ ਨੇ ਵੀ ਭਾਰਤੀ ਜਨਤਾ ਪਾਰਟੀ ਭਗਵੰਤ ਮਾਨ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ ਔਰ ਉਹਨਾਂ ਨੂੰ ਕੇਂਦਰੀ ਕੈਬਨਿਟ ਵਿੱਚ ਵਜ਼ੀਰ ਬਣਨ ਦੀ ਪੇਸ਼ਕਸ਼ ਵੀ ਕਰ ਰਹੀ ਹੈ ਕਿ ਸੋ ਅਗਲਾ ਨਿਸ਼ਾਨਾ ਕੇਜਰੀਵਾਲ ਆ ਅਕਾਲੀ ਦਲ ਨੂੰ ਵੀ ਹੋਰ ਛਟਕੇ ਮਿਲਣਗੇ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਵੱਡੇ ਛਟਕੇ ਦੇਣ ਲਈ ਉਹਨਾਂ ਨੇ ਕਰ ਲਈ ਹੋਇਆ ਕਿਉਂਕਿ ਇੱਕੋ ਇੱਕ ਮੈਂਬਰ ਆਫ ਪਾਰਲੀਮੈਂਟ ਰਹਿ ਗਏ ਨੇ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਤੇਜ ਤਰਾਰ ਨੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਨੇ ਵੀ ਭਗਵੰਤ ਮਾਨ ਤੱਕ ਅਪਰੋਚ ਕਰੀ ਸੀ ਵੀ ਤੁਸੀਂ ਸਾਡੇ ਨਾਲ ਸ਼ਾਮਲ ਹੋ ਜਾਓ ਪਰ ਹੁਣ ਸਾਡੇ ਕੋਲ ਕਾਫੀ ਅੰਦਰੂਨੀ ਖਬਰਾਂ ਨੇ ਕਿ ਉਹਨਾਂ ਨੇ ਭਗਵੰਤ ਮਾਨ ਨਾਲ ਜਿਹੜਾ ਸੰਪਰਕ ਆ ਉਹ ਸਾਧ ਲਿਆ ਹੋਇਆ ਤੇ ਅਗਲੇ ਦਿਨਾਂ ਦੌਰਾਨ ਕੁਝ ਵੀ ਹੋ ਸਕਦਾ ਦੇਖੋ ਭਗਵੰਤ ਮਾਨ ਪਾਰਟੀ ਛੱਡਦੇ ਆ ਕਿਉਂਕਿ ਆਮ ਆਦਮੀ ਪਾਰਟੀ ਵਿੱਚ ਉਹਨਾਂ ਦਾ ਉਹ ਸਤਕਾਰ ਨਹੀਂ ਰਿਹਾ ਇੱਕ ਪਾਸੇ ਕੇਂਦਰੀ ਕੈਬਨਟ ਹੋਗੇ ਸੀਨੀਅਰ ਮੰਤਰੀ ਹੋਣਗੇ ਆਪਣੇ ਹਲਕੇ ਲਈ ਘਟੋ ਘਟ ਉਹ ਇੱਕ ਚੰਗਾ ਕੰਮ ਕਰ ਸਕਦੇ ਆ ਜੇ ਕੈਬਨਟ ਤੇ ਮੰਤਰੀ ਚਲੇ ਜਾਣ ਹੁਣ ਉਹਨਾਂ ਦੀ ਆਤਮਾ ਤੇ ਡਿਪੈਂਡ ਕਰਦਾ ਵੀ ਉਹ ਜਾਂਦੇ ਆ ਨਹੀਂ ਜਾਂਦੇ ਦੂਜਾ ਸੁਖਦੇਵ ਸਿੰਘ ਢੀਂਸਾ ਕਿਉਂਕਿ ਸੁਖਦੇਵ ਸਿੰਘ ਢੀਂਸਾ ਦੇ ਸੰਪਰਕ ਵਿੱਚ ਲਗਭਗ 20 ਇਹੋ ਜਿਹੇ ਸਿੱਖ ਚਿਹਰੇ ਹੈਗੇ ਆ ਜਿਨ੍ਹਾਂ ਨੂੰ ਐਮਐਲਏ ਦੇ ਤੌਰ ਤੇ ਪੇਸ਼ ਕੀਤਾ ਜਾ ਸਕਦਾ ਜੀ ਵਿੱਚ ਸੁਖਵੀਰ ਸਿੰਘ ਬਾਦਲ ਦੇ ਨੇੜੇ ਰਹੇ ਨਧਾਰਕ ਸਿੰਘ ਬਰਾੜ ਆ ਜਿਹੜੇ ਜਾਂ ਬਲਜੀਤ ਸਿੰਘ ਨੀਲਾ ਮਹਿਲ ਹੁੰਨੀ ਆ ਜਾਂ ਬੀਬੀ ਮਹਿੰਦਰ ਕੌਰ ਜੋਸ਼ ਆ ਸੋ ਇਸ ਤਰ੍ਹਾਂ ਦੇ ਜਿਹੜੇ ਚੰਗੇ ਚਿਹਰੇ ਆ ਕਿਉਂਕਿ ਭਾਜਪਾ ਕੋਲ ਚਿਹਰਿਆਂ ਦੀ ਘਾਟ ਆ ਕਿਉਂਕਿ 117 ਐਮਐਲਏ ਜਿਹੜੇ ਚੰਗੇ ਰਸੂਖ ਵਾਲੇ ਹੋਣ ਉਹ ਲੱਭਣ ਲਈ ਉਹਨਾਂ ਨੂੰ ਹਾਲੇ ਘਾਟ ਰਗਾ ਰਹੀ ਆ ਸੋ ਸੁਖਦੇਵ ਸਿੰਘ ਢੀਂਸਾ ਨਾਲ ਉਹਨਾਂ ਦੀ ਹੈ ਕੱਲ ਸੁਖਦੇਵ ਸਿੰਘ ਢੀਂਸਾ ਨੇ ਕੁਝ ਇੰਟਰ ਇੰਡਾਇਰੈਕਟਲੀ ਸਾਨੂੰ ਪਤਾ ਲੱਗਿਆ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਜਸਟ ਇਹ ਕਿਹਾ ਵੀ ਜਿਹੜੇ ਕਿਸਾਨਾਂ ਦੇ ਕੇਸ ਦਰਜ ਹੋਏ ਹੋਏ ਨੇ ਉਹ ਰੱਦ ਕੀਤੇ ਜਾਣ ਜਾਂ ਜਿਹੜੇ ਕਿਸਾਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਕੋਈ ਵਾਅਦਾ ਵਗੈਰਾ ਦਿੱਤਾ ਜਾਵੇ ਪਰ ਬਿਹਾਈਂਡ ਦੀ ਸੀਨ ਅਸਾਨੂੰ ਲੱਗ ਰਿਹਾ ਹੈ ਵੀ ਭਾਜਪਾ ਖਾਸ ਕਰਕੇ ਅਮਿਤ ਸ਼ਾਹ ਤੇ ਜੇਪੀ ਨੱਡਾ ਕਾਫੀ ਸਰਗਰਮ ਨੇ ਸੋ ਅਗਲੇ ਦਿਨਾਂ ਦਰਾਨ ਵੱਡੇ ਝਟਕੇ ਤੇ ਹੋਰ ਨਵੀਆਂ ਜੜੀਆਂ ਆਪਾਂ ਕਹਿ ਸਕਦੇ ਆ ਪਾਰਟੀ ਬਦਲਣ ਦੀਆਂ ਜਿਹੜੀਆਂ ਖਬਰਾਂ ਉਹ ਪੰਜਾਬ ਦੀ ਰਾਜਨੀਤੀ ਵਿੱਚ ਆ ਸਕਦੀਆਂ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਜੁਆਇਨਿੰਗਸ ਹੋਈਆਂ ਨੇ ਹੋਰ ਕਿਹੜੇ-ਕਿਹੜੇ ਲੋਕ ਜਿਹੜੇ ਨੇ ਭਾਜਪਾ ਦੇ ਨਿਸ਼ਾਨੇ ਤੇ ਹੋ ਸਕਦੇ ਨੇ ਹਾਂ ਤੇ ਉਹਨਾਂ ਨੂੰ ਜਿਹੜੇ 117 ਚਿਹਰੇ ਆ ਉਹ ਸਿੱਖਾਂ ਦੇ ਚਾਹੀਦੇ ਹੈਗੇ ਆ ਉਹਨਾਂ ਦੀ ਖਾਸ ਗੱਲ ਹੈ ਇਸ ਵੇਲੇ ਕਿਉਂਕਿ ਕੱਲ ਤਾਂ ਸੁਖਦੇਵ ਸਿੰਘ ਢੀਂਡ ਸਾਹ ਆਪਣੇ ਦਿੱਲੀ ਵਾਲੀ ਕੋਠੇ ਵਿੱਚ ਸੀ ਜਿਹੜੀ ਉਹਨਾਂ ਦੀ ਰਾਜ ਸਭਾ ਦੀ ਮੈਂਬਰ ਕਰਕੇ ਮਿਲੀ ਹੋਈ ਆ ਉੱਥੇ ਬਹੁਤ ਜ਼ਿਆਦਾ ਸਰਗਰਮੀਆਂ ਰਹੀਆਂ ਕੱਲ ਸੋ ਅਗਲਾ ਨਿਸ਼ਾਨਾ ਕੇਜਰੀਵਾਲ ਆ ਅਕਾਲੀ ਦਲ ਨੂੰ ਵੀ ਹੋਰ ਝਟਕੇ ਮਿਲਣਗੇ ਤੇ ਆ ਅਰਵਿੰਦ ਕੇਜਰੀਵਾਲ ਨੂੰ ਵੀ ਵੱਡੇ ਝਟਕੇ ਦੇਣ ਲਈ ਕਿਉਂਕਿ ਆਮ ਆਦਮੀ ਇੱਕ ਪਾਸੇ ਕੇਂਦਰੀ ਕੈਬਨਟ ਹੋਗੇ ਸੀਨੀਅਰ ਮੰਤਰੀ ਹੋਣਗੇ ਆਪਣੇ ਹਲਕੇ ਲਈ ਘਟੋ ਘਟੋ ਹੋ ਇੱਕ ਚੰਗਾ ਕੰਮ ਕਰ ਸਕਦੇ ਆ ਖਬਰਾਂ ਨੇ ਵੀ ਭਾਰਤੀ ਜਨਤਾ ਪਾਰਟੀ ਭਗਵੰਤ ਮਾਨ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ ਔਰ ਉਹਨਾਂ ਨੂੰ ਕੇਂਦਰੀ ਕੈਬਨਟ ਵਿੱਚ ਵਜ਼ੀਰ ਬਣਨ ਦੀ ਪੇਸ਼ਕਸ਼ ਵੀ ਕਰ ਰਹੀ ਹੈ ਕਿ বিজেপি ਜਿਹੜੀ ਹੈ ਦੁਬਾਰਾ ਜਦੋਂ ਸਰਗਰਮ ਹੋਈ ਹੈ ਤੇ ਸਰਦਾਰ ਹਰਤਾ ਸਿੰਘ ਜੀ ਇਸ ਤੋਂ ਇਲਾਵਾ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਜੁਆਇਨਿੰਗਸ ਹੋਈਆਂ ਨੇ ਚਾਹੇ ਉਹ ਆਪਾਂ ਕਹਿ ਲਈਏ ਕਿ ਸਾਬਕਾ ਡੀਜੀਪੀ ਦੀ ਹੋਵੇ ਜਾਂ ਮੱਕੜ ਹੋਣਾ ਦੀ ਹੋਵੇ ਤੇ ਕੀ ਹੋਰ ਕਿਹੜੇ-ਕਿਹੜੇ ਲੋਕ ਜਿਹੜੇ ਨੇ বিজেপি ਦੇ ਨਿਸ਼ਾਨੇ ਤੇ ਹੋ ਸਕਦੇ ਨੇ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਹਾਂਜੀ ਹਾਂਜੀ বিজেপি ਕਾਫੀ ਸਰਗਰਮੀ ਨਾਲ ਖੇਡ ਖੇਡ ਰਹੀ ਹੈ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੁਝ ਜੁਆਇਨਿੰਗਸ ਅੱਜ ਹੋਈਆਂ ਨੇ ਤੇ ਉਹਨਾਂ ਨੂੰ ਜਿਹੜੇ 117 ਚਿਹਰੇ ਆ ਉਹ ਸਿੱਖਾਂ ਦੇ ਚਾਹੀਦੇ ਹੈਗੇ ਆ ਉਹਨਾਂ ਦੀ ਖਾਸ ਗੱਲ ਐ ਇਸ ਵੇਲੇ ਕਿਉਂਕਿ ਕੱਲ ਜੇ ਤੁਹਾਡੇ ਕੋਲ ਖਬਰਾਂ ਹੋਣ ਤਾਂ ਸੁਖਦੇਵ ਸਿੰਘ ਢੀਂਡਸਾ ਆਪਣੀ ਦਿੱਲੀ ਵਾਲੀ ਕੋਠੇ ਵਿੱਚ ਸੀ ਜਿਹੜੀ ਉਹਨਾਂ ਦੀ ਰਾਜ ਸਭਾ ਦੀ ਮੈਂਬਰ ਕਰਕੇ ਮਿਲੀ ਹੋਈ ਆ ਉੱਥੇ ਬਹੁਤ ਜ਼ਿਆਦਾ ਸਰਗਰਮੀਆਂ ਰਹੀਆਂ ਕੱਲ ਸੁਖਦੇਵ ਸਿੰਘ ਢੀਂਡਸਾ ਦੀ ਕੋਠੇ ਵਿੱਚ ਤੇ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦੇਣ ਤੋਂ ਬਾਅਦ ਸਾਡੇ ਕੋਲ ਖਬਰਾਂ ਨੇ ਵੀ ਭਾਰਤੀ ਜਨਤਾ ਪਾਰਟੀ ਭਗਵੰਤ ਮਾਨ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਚਾਹੁੰਦੀ ਆ ਔਰ ਉਹਨਾਂ ਨੂੰ ਕੇਂਦਰੀ ਕੈਬਨਿਟ ਵਿੱਚ ਵਜ਼ੀਰ ਬਣਨ ਦੀ ਪੇਸ਼ਕਸ਼ ਵੀ ਕਰ ਰਹੀ ਹੈਗੀ ਸੋ ਅਗਲਾ ਨਿਸ਼ਾਨਾ ਕੇਜਰੀਵਾਲ ਆ ਅਕਾਲੀ ਦਲ ਨੂੰ ਵੀ ਹੋਰ ਛਟਕੇ ਮਿਲਣਗੇ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਵੱਡੇ ਛਟਕੇ ਦੇਣ ਲਈ ਉਹਨਾਂ ਨੇ ਕਰ ਲਈ ਹੋਇਆ ਕਿਉਂਕਿ ਇੱਕੋ ਇੱਕ ਮੈਂਬਰ ਆਫ ਪਾਰਲੀਮੈਂਟ ਰਹਿ ਗਏ ਨੇ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਤੇਜ ਤਰਾਰ ਨੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਨੇ ਵੀ ਭਗਵੰਤ ਮਾਨ ਤੱਕ ਅਪਰੋਚ ਕਰੀ ਸੀ ਵੀ ਤੁਸੀਂ ਸਾਡੇ ਨਾਲ ਸ਼ਾਮਲ ਹੋ ਜਾਓ ਪਰ ਹੁਣ ਸਾਡੇ ਕੋਲ ਕਾਫੀ ਅੰਦਰੂਨੀ ਖਬਰਾਂ ਨੇ ਕਿ ਉਹਨਾਂ ਨੇ ਭਗਵੰਤ ਬਾਣ ਨਾਲ ਜਿਹੜਾ ਸੰਪਰਕ ਆ ਉਸ ਆਦ ਲਿਆ ਹੋਇਆ ਤੇ ਅਗਲੇ ਦਿਨਾਂ ਦੌਰਾਨ ਕੁਝ ਵੀ ਹੋ ਸਕਦਾ ਦੇਖੋ ਭਗਵੰਤ ਮਾਨ ਪਾਰਟੀ ਛੱਡਦੇ ਆ ਕਿਉਂਕਿ ਆਮ ਆਦਮੀ ਪਾਰਟੀ ਵਿੱਚ ਉਹਨਾਂ ਦਾ ਉਹ ਸਤਕਾਰ ਨਹੀਂ ਰਿਹਾ ਇੱਕ ਪਾਸੇ ਕੇਂਦਰੀ ਕੈਬਨਟ ਹੋਗੇ ਸੀਨੀਅਰ ਮੰਤਰੀ ਹੋਣਗੇ ਆਪਣੇ ਹਲਕੇ ਲਈ ਘਟੋ ਘਟ ਉਹ ਇੱਕ ਚੰਗਾ ਕੰਮ ਕਰ ਸਕਦੇ ਆ ਜੇ ਕੈਬਨਟ ਤੇ ਮੰਤਰੀ ਚਲੇ ਜਾਣ ਹੁਣ ਉਹਨਾਂ ਦੀ ਆਤਮਾ ਤੇ ਡਿਪੈਂਡ ਕਰਦਾ ਵੀ ਉਹ ਜਾਂਦੇ ਆ ਨਹੀਂ ਜਾਂਦੇ ਦੂਜਾ ਸੁਖਦੇਵ ਸਿੰਘ ਢੀਂਸਾ ਕਿਉਂਕਿ ਸੁਖਦੇਵ ਸਿੰਘ ਢੀਂਸਾ ਦੇ ਸੰਪਰਕ ਵਿੱਚ ਲਗਭਗ 20 ਇਹੋ ਜਿਹੇ ਸਿੱਖ ਚਿਹਰੇ ਹੈਗੇ ਆ ਜਿਨ੍ਹਾਂ ਨੂੰ ਐਮਐਲਏ ਦੇ ਤੌਰ ਤੇ ਪੇਸ਼ ਕੀਤਾ ਜਾ ਸਕਦਾ ਜਿ ਵਿੱਚ ਸੁਖਵੀਰ ਸਿੰਘ ਬਾਦਲ ਦੇ ਨੇੜੇ ਰਹੇ ਨ타ਰੇ ਸਿੰਘ ਬਰਾੜਾ ਜਿਹੜੇ ਜਾਂ ਬਲਜੀਤ ਸਿੰਘ ਨੀਲਾ ਮਹਿਲ ਹੁੰਨੀ ਆ ਜਾਂ ਬੀਬੀ ਭਿੰਦਰ ਕੌਰ ਜੋਸ਼ ਆ ਸੋ ਇਸ ਤਰ੍ਹਾਂ ਦੇ ਜਿਹੜੇ ਚੰਗੇ ਚਿਹਰੇ ਆ ਕਿਉਂਕਿ ਭਾਜਪਾ ਕੋਲ ਚਿਹਰਿਆਂ ਦੀ ਘਾਟ ਆ ਕਿਉਂਕਿ 117 ਐਮਐਲਏ ਜਿਹੜੇ ਚੰਗੇ ਰਸੂਖ ਵਾਲੇ ਹੋਣ ਉਹ ਲੱਭਣ ਲਈ ਉਹਨਾਂ ਨੂੰ ਹਾਲੇ ਘਾਟ ਰਗਾ ਰਹੀ ਆ ਸੋ ਸੁਖਦੇਵ ਸਿੰਘ ਢੀਂਸਾ ਨਾਲ ਉਹਨਾਂ ਦੀ ਹੈ ਕੱਲ ਸੁਖਦੇਵ ਸਿੰਘ ਢੀਂਸਾ ਨੇ ਕੁਝ ਇੰਟਰ ਇੰਡਾਇਰੈਕਟਲੀ ਸਾਨੂੰ ਪਤਾ ਲੱਗਿਆ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਜਸਟ ਇਹ ਕਿਹਾ ਵੀ ਜਿਹੜੇ ਕਿਸਾਨਾਂ ਦੇ ਕੇਸ ਦਰਜ ਹੋਏ ਹੋਏ ਨੇ ਉਹ ਰੱਦ ਕੀਤੇ ਜਾਣ ਜਾਂ ਜਿਹੜੇ ਕਿਸਾਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਕੋਈ ਵਾਅਦਾ ਵਗੈਰਾ ਦਿੱਤਾ ਜਾਵੇ ਪਰ ਬਿਹਾਈਂਡ ਦੀ ਸੀਨ ਅਸਾਨੂੰ ਲੱਗ ਰਿਹਾ ਹੈ ਵੀ ਭਾਜਪਾ ਖਾਸ ਕਰਕੇ ਅਮਿਤ ਸ਼ਾਹ ਤੇ ਜੇਪੀ ਨੱਡਾ ਕਾਫੀ ਸਰਗਰਮ ਨੇ ਸੋ ਅਗਲੇ ਦਿਨਾਂ ਦੌਰਾਨ ਵੱਡੇ ਝਟਕੇ ਤੇ ਹੋਰ ਨਵੀਆਂ ਜੜੀਆਂ ਆਪਾਂ ਕਹਿ ਸਕਦੇ ਆ ਪਾਰਟੀ ਬਦਲਣ ਦੀਆਂ ਜਿਹੜੀਆਂ ਖਬਰਾਂ ਉਹ ਪੰਜਾਬ ਦੀ ਰਾਜਨੀਤੀ ਵਿੱਚ ਆ ਸਕਦੀਆਂ